ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਬਾਈ ਸੰਦੀਪ ਸਿੰਘ ਦੇ ਕੋਲ, ਭੁੱਲਰ ਡੇਅਰੀ ਫਾਰਮ 'ਤੇ। ਅੱਜ ਦੋਸਤੋ ਹਰ ਵਾਰ ਦੀ ਤਰ੍ਹਾਂ ਚਾਰ ਨਾਗ ਜਿਹੜੇ ਆ ਦੋਸਤੋ, ਤਿੰਨ ਤੋਂ ਚਾਰ ਨਾਗ ਹੋਣਗੇ, ਠੀਕ ਹੈ ਜੀ। ਅਤੇ ਮੱਝਾਂ ਜਿਹੜੀਆਂ ਦੋਸਤੋ ਜ਼ਿਆਦਾ ਸੋਏ ਸਵਾਏ ਨੇ ਪਸ਼ੂ। ਸੋ ਹਰ ਵਾਰ ਦੀ ਤਰ੍ਹਾਂ ਪੂਰੀ ਇਨਫੋਰਮੇਸ਼ਨ, ਪੂਰੀ ਡਿਟੇਲ ਆ ਬਾਈ ਸੰਦੀਪ ਦੇ ਨਾਲ ਗੱਲਬਾਤ ਕਰ ਲਾਂਗੇ। ਅੱਜ ਦੋਸਤੋ ਆਪਾਂ 29 ਜੁਲਾਈ ਨੂੰ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਨੋਟ ਕਰ ਲਓ। ਕੋਈ ਦੋਸਤੋ ਦੁਪਹਿਰ ਦੇ 3:30-3 ਵਜੇ ਦਾ ਸਮਾਂ ਹੈਗਾ। ਪਸ਼ੂ ਪਸੰਦ ਆਉਣਗੇ ਹਰ ਵਾਰ ਦੀ ਤਰ੍ਹਾਂ ਦੋਸਤੋ, ਸਾਫ਼ ਸੁਥਰੇ ਪਸ਼ੂ ਹੁੰਦੇ ਆ, ਚੰਗੇ ਕੱਦ ਬੁੱਤ, ਚੰਗੇ ਕੱਦ ਕਾਠ ਜਿਹੜੇ ਦੋਸਤੋ ਇਹਨਾਂ ਮੱਝਾਂ ਝੋਟੀਆਂ ਦੇ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ। ਆਓ ਕਰਦੇ ਹਾਂ ਡਿਟੇਲ ਲੈ ਲੈਂਦੇ ਹਾਂ ਬਾਈ ਸੰਦੀਪ ਤੋਂ। ਸੋ ਬਾਕੀ ਜਿਸ ਵੀਰ ਨੂੰ ਪਸ਼ੂ ਪਸੰਦ ਆਉਣਗੇ, ਆਪਦੀ 2-3 ਟਾਈਮ ਕੋਈ ਚਵਾਈ ਆ, ਘਰ ਵਿਜ਼ਿਟ ਕਰਕੇ ਕਰ ਲਿਓ, ਟਿੱਪ ਕੇ ਪਸ਼ੂ ਜਿਹੜਾ ਦੋਸਤੋ ਗੱਭਣ ਤਸੱਲੀ ਆ ਕਰਕੇ ਖਰੀਦ ਸਕਦੇ ਹੋ। ਸੰਦੀਪ ਵੀਰੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਦੀਪ ਸਾਹਿਬ ਜੀ, ਠੀਕ ਠਾਕ ਹੋ? ਬਹੁਤ ਵਧੀਆ ਮਹਾਰਾਜ, ਠੀਕ ਠਾਕ, ਬਹੁਤ ਵਧੀਆ ਭਾਈ। ਅੱਛਾ ਸੰਦੀਪ ਭਾਈ, ਪਸ਼ੂ ਅੱਜ 4 ਨੇ ਕਿ 3 ਨੇ? 4 ਆ ਸੰਦੀਪ ਸਾਹਿਬ, ਆਪਣੇ ਕੋਲ ਮੱਝਾਂ ਭਰਾਲ, 5 ਗਾਈਆਂ, ਗਾਈਆਂ ਸਾਰੀਆਂ ਸੀਲ ਹੋ ਗਈਆਂ ਜੀ। ਆ ਗਾਵਾਂ ਇਹੋ ਸੀ? ਹਾਂਜੀ ਇਹੋ ਹੀ ਆ, ਅੰਦਰ ਹੀ ਬੱਜੀਆਂ 5 ਗਾਈਆਂ। ਲਓ ਜੀ 5 ਸੀਲ ਹੋ ਗਈਆਂ ਸੰਦੀਪ ਸਾਹਿਬ ਦੇਤੀਆਂ। 5 ਗਾਵਾਂ ਜਿਹੜੀਆਂ ਵੀਰ ਤਾਂ ਵੇਖ ਗਈਆਂ ਨੇ, ਸੀਲ ਹੋ ਗਈਆਂ ਨੇ, ਚਾਹੀਵਾਲ HF ਸਾਰੀਆਂ ਜਿਹੜੀਆਂ ਕਰੋਸਾਂ ਦੇ ਵਿੱਚ ਵੀ ਸੀ। ਹਾਂਜੀ ਹਾਂਜੀ। ਤੇ ਭਰਾਲ ਆਪਣੇ ਕੋਲ 4 ਮੱਝਾਂ ਸੰਦੀਪ ਸਾਹਿਬ, ਜਿਨ੍ਹਾਂ ਦੇ ਵਿੱਚੋਂ 2 ਝੋਟੀਆਂ ਸੂਈਆਂ ਵਾ ਤੇ 2 ਝੋਟੀਆਂ ਗੱਭਣਾ ਜੀ। ਕੋਈ ਇੱਕ ਅੱਧੇ ਦਿਨ ਦੇ ਗੇੜੇ ਜ਼ਿਆਦਾ ਲੰਮਾ ਸਮਾਂ ਨਹੀਂ। 2 ਸੂਈਆਂ ਸਵਾਈਆਂ ਨੇ ਬਿਲਕੁਲ, 2 ਸੂਈਆਂ ਜੀ, 2 ਗੱਭਣਾ ਜੀ। ਹਾਂਜੀ ਜਿਹੜੀਆਂ ਗੱਭਣ ਵੀ 2-2 ਦਿਨ 3-3 ਦਿਨ ਇੱਕ 2-2 ਦਿਨ ਤਿਆਰੀ ਜੇ ਬਿਲਕੁਲ ਸੰਦੀਪ ਸਾਹਿਬ, ਤਿਆਰੀ ਸਮਝੋ। ਜਿਹੜਾ ਮਰਜ਼ੀ ਵੀਰ ਭਰਾ ਆਪਣੇ ਨਾਲ ਸੌਦਾ ਕਰ ਲੈ, ਜਿੱਦਣ ਆਪਣੀਆਂ ਝੋਟੀਆਂ ਸੂਬਣ ਭਾਵੇਂ ਉਦਣ ਲੈ ਜੇ, ਆਪਾਂ ਨੂੰ ਕੋਈ ਵਹਿਮ ਨਹੀਂ ਗਾ ਜੀ, ਕਿਹਾ ਹੀ ਸੋਣਾ ਵਾ ਜਦੋਂ। ਹਾਂਜੀ ਪਸ਼ੂ ਦੋਸਤੋ ਚੰਗੇ ਹੁੰਦੇ ਆ, ਵੱਡੀਆਂ ਝੋਟੀਆਂ ਮੱਝਾਂ ਨੋਰਮਲ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਨੇ। ਆ ਪਹਿਲੇ ਨੰਬਰ ਤੇ ਸੰਦੀਪ ਭਾਈ ਸੂਈ ਐ ਝੋਟੀ ਸੰਦੀਪ ਸਾਹਿਬ, ਇਹ ਝੋਟੀ ਸੂਈ ਆ, ਇਹ ਕੱਲ ਰਾਤ ਦੀ। ਅੱਛਾ ਜੀ, ਕੱਲ ਰਾਤ ਦੀ ਸੂਈ ਆ ਵੀ 10-11 ਕਿਲੋ ਦੇ ਥੱਲੇ ਬੋਲਾ ਤਿਆਰ ਹੋਗਾ, ਲੀਟਰ ਮਾਰਵਾ ਜੀ। ਅੱਛਾ, ਕੱਟੀ ਇਹਦੇ ਮਗਰੇ ਜੀ। ਹਾਂਜੀ, ਨਾੜੂ ਨਾਲ ਪੱਚੀ। ਹਾਂਜੀ ਠੀਕ ਹੈ। ਤੇ ਸੂਆ ਕਿਨਮਾ ਜੀ? ਸੂਆ ਇਹਦਾ ਸੰਦੀਪ ਸਾਹਿਬ ਰੱਬ ਤੁਹਾਡਾ ਭਲਾ ਕਰੇ, ਦੂਜਾ ਜੀ। ਦੂਜਾ? ਹਾਂਜੀ ਬਹੁਤ ਚੰਗੀ ਝੋਟੀ ਆ। ਬਾਕੀ ਵਜਨ ਮਟਾ ਵੇਖੋ ਕਿੱਡਾ ਜ਼ਿਆਦਾ ਵਾ, ਦੁੱਧ ਵੀ ਜਿਨ੍ਹਾਂ ਤੋਂ ਲਈ ਆ ਬੰਦੇ ਆਂਦੇ ਵੀ 15 ਕਿਲੋ ਪਹਿਲੇ ਸੰਦੇ ਚੋਇਆ ਵਾ। ਅੱਛਾ ਜੀ। ਬਾਕੀ ਕੋਈ ਵੀਰ ਭਰਾ ਭਾਵੇਂ ਤੀਜਾ ਸੁਆ ਸਮਝ ਲੈ, ਉਹ ਅਗਲੇ ਦੀ ਮਰਜ਼ੀ ਜੀ। ਆਪਾਂ ਜਿਹੜਾ ਸੱਚ ਹੈਗਾ ਉਹ ਅਗਲੇ ਨੂੰ ਦੱਸ ਦਿੱਤਾ, ਤੁਹਾਨੂੰ ਵੀ ਦੱਸਤਾ ਵੀ ਆਹ ਸੱਚ ਹੈ ਸੰਦੀਪ ਸਾਹਿਬ। ਆਹ ਸਾਰਾ ਬੈਗ ਇੱਥੇ ਚੱਡਾ ਕੱਢਦੀ ਹੈ ਸੰਦੀਪ ਸਾਹਿਬ, ਇਹ ਹੁਣ ਕੱਲ ਦੀ ਸੂਈ ਕਰਕੇ ਸਾਰੀ ਚਵਾਈ ਹੋ ਗਈ, ਸਾਫ਼ ਕੀਤੀ ਇੱਕ ਰੀ ਮੈਂ ਪੂਰੀ। ਅੱਛਾ ਹਾਂਜੀ, ਕਿਵੇਂ ਬੋਲਾ ਚੋਇਆ, ਕਿਵੇਂ ਬੋਲਾ? 10-11 ਕਿਲੋ ਬੋਲਾ ਤਿਆਰ ਹੈ ਸੰਦੀਪ ਸਾਹਿਬ ਦੇ, ਕਿਵੇਂ ਥਣਾ ਥਣਾ ਦੀ ਹੁੰਦੀ ਹੈ। ਇੱਕ ਨੰਬਰ ਇਤਨਾ ਬੱਚਾ ਲਾ ਕੇ ਵਿਖਾ ਦਨੇ ਆਪਾਂ, ਐ ਮੜਿਆ ਨਾ ਪੋ ਸਿਰੇ ਪੌਂਪਾਂ ਨੂੰ ਧਾਰਾ ਵੱਜਦੀ ਹੈ ਤੁਹਾਨੂੰ। ਠੀਕ ਆ ਹਾਂਜੀ। ਲੋਕ ਦੋਸਤੋ ਕੱਦ ਕਾਠ ਬਹੁਤ ਵੱਡਾ, ਕੱਦ ਕਾਠ ਆ, ਪਿੱਠ ਪੁੜਾ ਵੇਖੋਗੇ ਤੁਸੀਂ ਤੇ ਚੌੜਾ ਚੌੜਾ ਕਾਫੀ ਆ, ਥੱਬਿਆਂ ਦੇ ਥੱਬੇ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਇਹੋ ਜਿਹਾ ਪਿੱਠ ਪੁੱਠਾ ਸਾਹਮਣੇ ਆਪਾਂ ਵਿਖਾਉਂਦੇ ਹਾਂ ਤੁਹਾਨੂੰ, ਤਾਂ ਥੰਮ ਥੁੰਮ ਦੀ ਕੁਆਲਿਟੀ ਬਹੁਤ ਖੂਬਸੂਰਤ, ਮੁੱਠੀ ਦਾ ਖਾਣਾ। ਤੇ ਕੱਲ ਸੂਈਏ ਦੋਸਤੋ ਥੱਲੇ ਬੱਚਾ, ਉਹ ਵੀ ਕੱਟੀ ਆ ਫ੍ਰੀ ਮੇਰੇ ਕੋਲ ਮੇਰੇ ਖਾਲ ਸੰਦੀਪ ਸਾਹਿਬ ਕੱਟਾ ਜੀ। ਹਾਂਜੀ ਸੌਰੀ, ਕੱਟਾ ਜੀ ਕੱਟਾ। ਅੱਛਾ ਜੀ, ਹਾਂਜੀ ਹਾਂਜੀ, ਲੈ ਜੀ ਫਿਰ ਹੋ ਗਿਆ ਭਈ। ਹਾਂਜੀ ਹਾਂਜੀ, ਗਲਤੀ ਹੋ ਗਈ ਸੰਦੀਪ ਸਾਹਿਬ, ਫਿਰ ਮੁੜ ਕੇ ਆਖਣਗੇ ਕਿ ਬਾਅਦ ਚ ਲਾ ਕੇ ਤੈ ਜਿੰਨਾ ਲੈ ਇਹ ਕੱਟਾ ਮਗਰਾ ਦੋਸਤੋ। ਠੀਕ ਆ, ਹਾਂਜੀ ਨਾੜੂ ਨਾਲ ਆ ਸੰਦੀਪ ਸਾਹਿਬ ਬਿਲਕੁਲ, ਆ ਵੇਖੋ ਗਿੱਲਾ ਨਾੜੂ, ਨਾੜੂ ਬੱਚੇ ਦੇ ਨਾਲ ਅੱਲ ਰਾਤ ਦੀ ਝੋਟੀ ਤੇ ਮੇਲ ਕਾਫਾ ਝੋਟੀ, ਦੂਜਾ ਸੂਆ ਵੀਰਾਂ ਦਾ ਹੈਗੀ ਪਰ ਕੋਈ ਤੀਜਾ ਮੰਨ ਲੈ। ਠੀਕ ਆ ਹਾਂਜੀ, ਤੇ ਉਹ ਆਪੋ ਆਪਣੀ ਸਮਝ ਆ, ਹਰ ਇੱਕ ਦੀ ਹਰ ਇੱਕ ਵਾਰ ਆਪਾਂ ਕਹਿ ਦਿੰਦੇ ਜੀ ਆਪਦੀ ਸਮਝ ਨਾਲ ਵੀ ਤੁਸੀਂ ਦੇਖਣਾ ਹੁੰਦਾ ਪਸ਼ੂ। ਬਾਕੀ ਕੋਈ ਸ਼ੱਕ ਨਹੀਂ ਹੈਗਾਗਾ, ਫੁੱਲ ਵੱਡੇ ਸਾਈਜ਼ ਵਿੱਚ ਸੰਦੂ ਸਾਹਿਬ, ਕਮੀ ਕੋਈ ਨਹੀਂ ਕਿ ਜਿੱਦਾਂ ਮਰਜ਼ੀ ਕੋਈ ਆ ਗਿਆ ਇੱਥੇ ਆਪਣੇ ਸੱਲੀ ਕਰਕੇ ਜਿੱਦਾਂ ਮਰਜ਼ੀ ਕੋਈ ਥੋੜਾ ਨਹੀਂ ਚੋਗਤ ਝੋਟੀ ਖੜ ਸਕਦਾ ਆਪਣੇ ਨਾਲ। ਅੱਖਾਂ ਤੋਂ ਮੈਂ ਬਿੱਲੀਆਂ ਖਾਣੀ, ਬਿੱਲੀਆਂ ਪਾਉਂਦੀ ਆ ਸੰਦੂ ਸਾਹਿਬ, ਨੀਲੀ ਆਉਂਦੀ ਆ, ਨੀਲੀ ਦਾ ਪੱਖ, ਨੀਲੀ ਦਾ ਪੱਖ ਬਾਈ ਸੰਦੀਪ ਕਹਿੰਦਾ ਵੀ ਜਦੋਂ ਬਿੱਲੀ ਅੱਖ ਤੇ ਮੱਥਾ ਬੰਨਾ ਵੇਖ ਰਹੇ ਬਾਈ ਸੰਦੀਪ, ਆਉਂਦਾ ਹੁਣ ਵੀ ਨੀਲੀ ਦੀ ਝੋਟੀ ਆ, ਨੀਲੀ ਦੀ ਮੱਝ, ਬਿੱਲੀ ਆ ਕੇ ਤੋਰਾ ਤੋਰਾ ਵੇਖੋ ਦੋਸਤੋ, ਬਹੁਤ ਜ਼ਿਆਦਾ ਝੋਟੀ ਸੰਦੂ ਸਾਹਿਬ, ਚੰਗੀ ਹੈ ਜੀ, ਬੜਾ ਖੂਬ ਤੋਰਾ। ਸੋ ਬਿੱਲੀ ਮਣਕੀ ਅੱਖ, ਪਸ਼ੂ ਮੋਸਟਲੀ ਆਪਾਂ
ਨਹੀਂ ਤੇ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ ਇਹੋ ਜਿਹੇ ਨੀਲੀ ਜਿਹੀਆਂ ਝੋਟੀਆਂ ਵਾ ਮੱਝਾਂ ਨੋਰਮਲ ਆਪਾਂ ਦੇਖਦੇ ਹਾਂ ਰੰਗ ਢੰਗ ਇਸੇ ਤਰ੍ਹਾਂ ਦੀਆਂ। ਅਤੇ ਚੌਰਸ ਹਵਾਨੇ ਦੀ ਮਾਲਕ ਆ ਦੋਸਤੋ, ਅਤੇ ਦੁੱਧ ਦੀ ਉਮੀਦ ਆਪਾਂ ਚੰਗੇ ਦੀ ਕਰ ਸਕਦੇ ਹਾਂ। ਸੋ ਬਾਕੀ ਸੇਵਾ ਦਾ ਦੁੱਧ ਚੰਗਾ ਜਿਹੜਾ ਵੀਰ ਸੇਵਾ ਕਰ ਲੂਗਾ ਦੁੱਧ ਚੰਗਾ ਲੈ ਲੂਗਾ ਜਿਹੜੇ ਕਦ ਕਾਠ ਦੇ ਵਿੱਚ। ਸੋ ਸੰਦੀਪ ਬਾਈ ਕਿੱਥੋਂ ਤੱਕ ਫਿਰ ਮੁੱਲ ਲੈਣ ਦੇਣ ਕੀ ਕਰਤਾ ਸੰਧੂ ਸਾਹਿਬ? ਮੈਂ ਦਿਆਂ ਦੀ ਭਾਵੇਂ ਮੇਰਾ 1.5 ਲੱਖ ਵੀ ਮੰਗੀ ਆ, ਪਰ ਆਪਾਂ ਭਾਣਾ ਹੀ ਦੇਣੀ ਆ, ਭਾਣਾ ਹੀ ਲਈਏ, ਭਾਣਾ ਹੀ ਵੇਚ ਦਾਂਗੇ ਸੰਧੂ ਸਾਹਿਬ। ਮੁੱਲ ਇਹਦਾ 1-5 ਲੱਖ 'ਚ ਵੀ ਮਾਣਤਾਨ ਸੰਧੂ ਸਾਹਿਬ ਕਰ ਦਾਂਗੇ ਬੱਚਾ ਲਾ ਕੇ ਧਾਰਾ ਮਾਰ ਕੇ ਦਿਖਾ ਦਿੰਦੇ। ਪੂਰੀ ਖਾਸ ਜਿਹੜੀ ਚੁਬਾਈ ਲੱਗੀ ਆ ਤੇ ਲੱਖ ਦੇ ਵਿੱਚੋਂ ਮਾਨਤਾ ਆ ਚੀਜ਼ ਇੱਥੇ ਹੋਣੀ ਸੰਧੂ ਸਾਹਿਬ ਝੋਟੀ ਦੇ ਜੀ। ਅੱਛਾ, ਅਜੇ ਕੱਲ ਦੀ ਸੂਈ ਕਰਕੇ ਸਾਰੀ ਚੁਬਾਈ ਕਰਦੀ ਕਰਕੇ ਸਾਰੀ ਖਾਲੀ ਕੀਤੀ ਆ, 10-11 ਕਿਲੋ ਫਿਰ ਵੀ ਬਹੁਤੀ ਝੋਟੀ ਥੱਲੇ ਤਿਆਰ ਆ ਸੰਧੂ ਸਾਹਿਬ। ਠੀਕ ਆ, 1.5 ਲੱਖ ਦੀ ਲੱਖ ਜੋ ਵੀ ਮਾਨਤਾਨ ਕਰ ਦਾਂਗੇ ਆਪਾਂ। ਹਾਂਜੀ ਲੋ ਜੀ, ਅਤੇ ਇਹ ਜਿਹੜੀ ਦੋਸਤੋ ਪਹਿਲੇ ਨੰਬਰ 'ਤੇ ਤੁਹਾਨੂੰ ਇਹ ਨੀਲੀ ਦੀ ਝੋਟੀ ਹੋ ਗਈ ਆ। ਇਸ ਤੋਂ ਬਾਅਦ ਇੱਕ ਦੂਜੇ ਨੰਬਰ 'ਤੇ ਤੁਹਾਨੂੰ ਆਹ ਜਿਹੜੀ ਆਪਾਂ ਝੋਟੀ ਦਿਖਾਵਾਂਗੇ। ਸੰਦੀਪ ਭਾਈ ਇਹ ਸੂਆ ਕਿੰਨਵਾਂ ਸੂਈ ਆ ਸੰਦੂ ਸਾਹਿਬ? ਦੂਜਾ ਸੂਆ ਸੂਈ ਆ, ਇਹਨੂੰ ਹਫ਼ਤੇ ਦੇ ਲਗਭਗ ਹੋ ਗਿਆ। 13 ਕਿਲੋ ਜਿਹੜਾ ਮਰਜ਼ੀ ਵੀਰ ਆਪਣੇ ਕੋਲ ਆ ਕੇ ਲੀਟਰ ਮਾਰ ਕੇ ਝੋਟੀ ਖੜ ਸਕਦਾ ਆਪਣੇ ਨਾਲ। 13 ਕਿਲੋ ਦੁੱਧ ਤਿਆਰ ਆ, ਹਾਜ਼ਰ ਵਾਲਾ ਜੀ ਨਾ, ਹਾਜ਼ਰ ਵਾਲਾ 13 ਕਿਲੋ ਦੁੱਧ ਆ, ਤੁਸੀਂ 12 ਹੀ ਮੰਨ ਕੇ ਚੱਲੋ। ਠੀਕ ਆ, 12 ਕਿਲੋ ਕੰਡੇ ਦੇ ਜੋਹਾਂ ਲਾਓ ਤੁਸੀਂ, ਲਓ ਜੀ ਦੁੱਧ 13 ਹੀ ਹੋਊਗਾ। ਠੀਕ ਆ, ਬਾਕੀ 13 ਕਿਲੋ ਦੁੱਧ ਆ ਦੋਸਤੋ। 12 ਜਿਹੜੇ ਕਿਸੇ ਵੀਰ ਨੇ ਘਰ ਵਿਜਿਟ ਕਰਕੇ ਜਿਹੜੀ ਪਹੁੰਚ ਕਰਕੇ ਤੁਸੀਂ ਚੁਬਾਈ ਕਰ ਲੈਣੀ, ਉਹ 12 ਕਿਲੋ ਆ ਤਾਂ ਮੋਟੀ ਨਾੜ ਨੂੜ ਵੇਖੋਗੇ ਤੁਸੀਂ ਬਿਲਕੁਲ ਰੱਸੇ ਵਰਗੀ। ਚੋਗੇ ਲਿਆਂਦੀ ਸੰਧੂ ਸਾਹਿਬ ਅਜੇ ਕਿ 12 ਵਜੇ ਚੋਗੇ ਲਿਆਂਦੀ ਝੋਟੀ ਆਪਾਂ? 12 ਕੁ ਵਜੇ ਚੁਬਾਈ ਜਾਂਦਾ ਵੀ ਵੀਰ, ਵੀ ਲੇਟ ਹੀ ਕੀਤੀ ਆ, ਹੁਣ 3-3:30 ਵਜੇ ਜਿਹੜਾ ਦੋਸਤੋ ਸਮਾਂ ਹੈਗਾ। 15 ਕਿਲੋ ਝੋਟੀ ਦੁੱਧ ਦਿੰਦੀ ਆਰਾਮ ਨਾਲ ਜੀ। ਤੇ ਬੱਚਾ ਕੱਟੀ ਹੈ? ਕੱਟੀ ਆ ਜੀ, ਮਗਰ ਕੱਟੀ। ਹਾਂਜੀ, ਕੱਟੀ ਵੀ ਚੰਗੀ ਬਰੀਡ ਦੀ ਆ, ਲਓ ਜੀ ਗੋਲੀ ਬਿੱਲੀ ਆ, ਮਗਰ ਕੱਟੀ ਆ। ਤੇ ਆਪ ਝੋਟੀ ਦੂਜਾ ਸੂਗਾ ਖਾਸ, ਤੇ ਆਹ ਬੈਕ ਸਾਈਡ ਤੋਂ ਤੁਸੀਂ ਥਾਂ ਦੇਵਾ ਕਰੋ ਚੈੱਕ ਦੀ, ਤੇ ਖੋਲ ਕੇ ਤੋੜ ਕੇ ਦਿਖਾਉਣੇ ਆ। 13 ਕਿਲੋ ਹੋਵੇ ਤਾਂ ਹੋਵੇ ਦੁੱਧ 13 ਕਿਲੋ, ਪਰ 12 ਕਿਲੋ ਕੋਈ ਵੀਰ ਆਪ ਜਿਹੜੀ ਦੋਸਤੋ ਤਸੱਲੀ ਕਰ ਸਕਦਾ ਘਰ ਵਿਜਿਟ ਕਰਕੇ। ਠੀਕ ਹੈ ਜੀ, ਆਹ ਚੱਕੋ ਜੀ। ਠੀਕ ਹੈ, ਇਹ 12 ਵਜੇ ਚੋਗੇ ਲੈਂਦੇ ਹਨ। ਥਾਂ ਲੇਵੇ ਦੀ ਬਹੁਤ ਜ਼ਿਆਦਾ ਕਮਾਲ ਆ ਦੋਸਤੋ, ਅਤੇ ਪੂਰੀ ਖਬਰਦਾਰ ਗਲਾਸਾਂ ਵਰਗੇ ਜਿਹੜੇ ਆ ਕਹਿ ਲੈਂਦੇ ਵੀ ਗਲਾਸਾਂ ਵਰਗੇ ਥਾਂ ਦੋਸਤੋ ਲੰਬਾਈ ਦੇ ਵਿੱਚ। ਠੀਕ ਆ, ਅਤੇ ਚੁਬਾ ਚੁਬੂ ਚੰਗਾ ਹੋਊਗਾ। ਬਾਕੀ ਸੁਦੀਪ ਬਾਈ ਚੁਬਾਈ ਪੋਲੀ ਆ, ਇੱਕ ਨੰਬਰ ਜਿਸ ਤਰ੍ਹਾਂ ਉਹਦੀ, ਮੈਂ ਇਸ ਤਰ੍ਹਾਂ ਇਹਦੀ ਲੋ ਵੀ ਦੋਸਤੋ ਪਸੰਦ ਆਊਗੀ ਤੁਹਾਨੂੰ ਮੱਝ ਝੋਟੀ ਕੋਈ ਵੀ। ਜਦੋਂ ਤੁਸੀਂ ਆਏ ਇੱਥੋਂ ਤਾਂ ਨਿਰਾਸ਼ ਵੀ ਹੋਵੋਗੇ, ਚੀਜ਼ ਜਿਹੜੀ ਦੋਸਤੋ ਇੱਕ ਤੋਂ ਇੱਕ ਵੱਧ ਹੈਗੀਆਂ, 4 ਜਿਹੜੀਆਂ ਮੱਝਾਂ ਝੋਟੀਆਂ 'ਚ ਅਵੇਲੇਬਲ ਨੇ। ਠੀਕ ਆ, ਆਹ ਚੀਜ਼ ਇੱਥੇ ਆ ਜਾਂਦੀ ਸੰਦੂ ਸਾਹਿਬ ਜੀ, ਚੋਗੇ ਲਿਆਂਦੀ ਝੋਟੀ। ਕਿੰਨਾ ਕੁ ਮੁੱਲ ਦਾ ਹਰ ਕਰਤਾ ਜੀ ਸੰਧੂ ਸਾਹਿਬ? ਮੁੱਲ 1,00,000 ਰੁਪਇਆ ਕਰਦੇ ਹਾਂ, 80,000 ਜੋ ਮਾਨਦਾਨ ਕਰ ਦਾਂਗੇ। 13 ਕਿਲੋ ਦੁੱਧ ਵੀ ਬਣਾ ਕੇ ਦੇਵਾਂਗੇ ਜਿਹੜਾ ਵੀਰ ਵੀ ਆਊਗਾ। 12 ਕਿਲੋ ਤਾਂ ਕੰਡੇ ਦੇ ਜੋਗ ਮੰਨ ਲਓ ਹੋਣਾ ਤੁਸੀਂ।
15 ਕਿਲੋ ਦੁੱਧ ਮਣਾ ਦਾਂਗੇ ਸੰਤ ਸਾਹਿਬ ਜੀ, 8 ਦਿਨ ਝੋਟੀ ਰਹਿ ਗਈ ਜੀ। ਹੁਣ 85 ਦੇ ਵਿੱਚੋਂ ਮਾਨਤਾ 85 ਚੋਂ ਮਾਨਤਾ ਕਰਾਂਗੇ। ਦੂਜਾ ਸੁਭਾ ਪਿਓਰ ਝੋਟੀ ਐਡੀ ਜ਼ਿਆਦਾ ਚੋਣਿਆ ਵੀ ਗੱਲ ਹੀ ਛੱਡ ਦਿਓ। 85,000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾ ਹੈਗਾ ਉਹ ਹੋ ਜਾਊਗਾ, ਠੀਕ ਆ। ਅਤੇ ਤੁਹਾਨੂੰ ਇਹ ਵੀ ਕੋਈ ਵੀਰ ਤਸੱਲੀ ਨਾਲ ਇੱਕ ਵਾਰੀ ਪਹਿਲਾਂ ਵੀਡੀਓ ਤੁਸੀਂ ਦੇਖ ਲਿਓ, ਇੱਕ ਵਾਰੀ ਵੇਖ ਲਿਓ, ਦੋ ਵਾਰੀ ਵੇਖ ਲਿਓ। ਸਿੰਗੀ ਪਿਓਰ ਪਿਓਰ ਮੋਹਰਾ ਸੰਤੂ ਸਾਹਿਬ, ਕਿਤੇ ਵਾਲ ਵੀ ਨਹੀਂ ਕੀਤਾ ਹੈਗਾ ਸਰ ਜੀ, ਠੀਕ ਆ। ਪੂਛ ਕੋਈ 2-4 ਇੰਚ ਜਿਹੜੀ ਮਗਰ ਵਾਈਟ ਆ, ਬਾਕੀ ਓਵਰਆਲ ਜਿਹੜੀ ਜਿੰਨੀ ਵੀ ਹੈਗੀ ਸ਼ਾਹੀ ਸ਼ੂ ਕੋਈ ਆ, ਬਿਲਕੁਲ ਬਲੈਕ ਆ, ਠੀਕ ਆ ਜੀ। ਅਤੇ ਥੱਲੇ ਬੱਚਾ ਜਿਹੜਾ ਉਹ ਇਹਦੇ ਮੇਲ ਕਿਸੇ ਫੀਮੇਲ ਕੱਟੀ 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 ਆ, ਠੀਕ ਹੈ। ਇਸ ਤੋਂ ਬਾਅਦ ਇੱਕ ਆਹ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਉਣੀ ਹੈ, ਗੱਭਣ ਹੈ ਜੀ, 2 ਸੂਈਆਂ ਦੇ 2 ਹੀ ਅੱਗੇ ਜਿਹੜੀਆਂ ਵਿਖਾਵਾਂਗੇ ਗੱਭਣ ਆ। ਤਾਂ ਸੰਦੀਪ ਭਾਈ ਇਹ ਦਿਨ ਕਿੰਨੇ ਕਿਲੋ ਜੂ? ਇਹ ਸੰਤੂ ਸਾਹਿਬ ਤਿਆਰੀ ਕੀ, ਬਸ 1-2 ਦਿਨ ਹੀ ਖੜੂਗੀ। ਹਾਂ, ਦੂਜੇ ਸੂਏ 12 ਕਿਲੋ ਦੁੱਧ ਇਹਨੇ ਪਾਇਆ। ਹੁਣ ਤੀਜਾ ਜੀ ਸੂਆ ਜੀ, ਤੀਜਾ ਸੂਆ ਜੀ, ਅੱਜ ਤੀਜਾ ਸੂਆ। ਹਾਂਜੀ, ਹੈਂ, ਚਾਹ ਚੂਹ ਪੂਰੀ ਭਲਵਾਨਾਂ ਰਹੀ ਦੋਸਤੋ। ਤਾਂ ਬਿਲਕੁਲ ਐ ਗੁੰਦਵਾਂ ਸਰੀਰ ਆ ਵੇਖੋ, ਠੀਕ ਹੈ। ਖਾਣ ਚੱਡੇ ਦੀ ਪੂਰੀ ਖਬਰਦਾਰ ਇਹ ਵੀ, ਸੋ ਹਵਾਨੇ ਦੀ ਕੁਆਲਿਟੀ ਚੰਗੀ ਹੈ। ਆਹ ਦੇਖੋ ਜੀ, ਠੀਕ ਆ। ਹਾਈਟ ਮੀਡੀਅਮ ਤੁਸੀਂ ਅਕਾਊਂਟ ਕਰ ਸਕਦੇ ਹੋ, ਸਿੰਗਲ ਹੱਡੀ ਦੀ ਆ। ਨੀਲੀ ਦਾ ਜਿਹੜਾ ਦੋਸਤੋ ਇਹਦੇ 'ਚ ਵੀ ਥੋੜ੍ਹਾ ਜਿਹਾ ਪੱਖ ਨੀਲੀ ਦਾ ਹੋਏਗਾ, ਠੀਕ ਆ। ਅੱਖ ਉੱਖ ਬਿਲਕੁਲ ਬੋਲੀ ਅੱਖ ਨੀਲੀ ਆਉਂਦੀ ਅਤੇ ਮਗਰਲੇ ਖੁਰ ਧੋਤੇ ਆ, ਨੀਲੀ ਦੇ ਵਿੱਚ ਹੀ ਮੱਝ ਜਿਹੜੀ ਪੈਂਦੀ ਆ, ਠੀਕ ਆ। ਬਾਕੀ ਥਣ ਚੱਡਾ ਕਾਫੀ ਸੋਹਣਾ ਹੈਗਾ, ਪਤਲੇ ਪਿੰਡੇ ਦੀ ਆ, ਠੀਕ ਆ ਜੀ। ਢਿੱਲੀ ਬਿਲਕੁਲ ਚਮੜੀ ਸਕਿੰਨ ਵੇਖੋ, ਕਿਤੇ ਢਿੱਲਾਪਣ ਕਾਫੀ ਜ਼ਿਆਦਾ ਮੱਝ ਦੇ ਵਿੱਚ। ਸੋ ਥਾਣੇ ਇੱਕ ਵਾਰੀ ਤੁਹਾਨੂੰ ਮੈਂ ਕੋਲੋਂ ਦਿਖਾਉਣਾ ਨਹੀਂ ਚਾਹੀਦਾ। ਆ ਦੇ ਸੰਦੀਪ ਭਾਈ, ਦਿਨ ਕੱਢਦੀ ਜੇ 5-4 ਦਿਨ ਲੈ ਜਾਓਗੇ ਸੰਧੂ ਸਾਹਿਬ ਦੇ ਪੋਲੀ ਐਡੀ ਜ਼ਿਆਦਾ ਵੀ ਗੱਲ ਹੀ ਛੱਡ ਦਿਓ। ਹਾਂ, ਇਹ ਨਹੀਂ ਕਿ ਮਾਸਾ ਜਿੰਨੀ ਕਰੜੀ ਮਾੜੀ ਜਿਹੀ ਦਵਾਈ ਦਿਓਗੇ, ਭਾਵੇਂ 10 ਸਾਲਾਂ ਦਾ ਬੱਚਾ ਨਿਆਣਾ ਚੋ ਸਕਦਾ, ਉਹਨੂੰ ਜਿੱਦਾਂ ਮਰਜ਼ੀ ਚੋਲੀ। ਹਾਂਜੀ, ਬਿਲਕੁਲ ਪੋਲੀ ਅਰੂ ਵਰਗੀ ਤਿੱਪਣ ਦੇ ਵਿੱਚ, ਠੀਕ ਆ। ਅਤੇ ਉਮੀਦ ਕਰ ਸਕਦੇ ਹਾਂ ਚਵਾਈ ਚੰਗੀ ਪੋਲੀ ਹੋਊਗੀ। ਬਾਕੀ ਵੇਣ ਵੂਣ ਕਾਫੀ ਵਧੀਆ ਹੈਗੀ ਆ, ਬਿਲਕੁਲ ਵਾਲ ਖਾਂਦੀ ਵੇਣ ਆ। ਪਸ਼ੂ ਜਿਹੜਾ ਦੋਸਤੋ ਘੱਟੋ ਘੱਟ ਵੀ 11-12 ਵਾਲਾ ਜਾਂ ਇਸ ਤੋਂ ਪਲੱਸ ਵਾਲਾ ਪਸ਼ੂ ਹੈਗਾ, ਵੇਣ ਵੂਣ ਕਾਫੀ ਜ਼ਿਆਦਾ ਇਹਦੀ ਮੋਟੀ ਹੁੰਦੀ ਆ। ਸੋ ਦੁੱਧ ਦਾ ਕਾਰਡ ਜਿਹੜਾ ਦੋਸਤੋ ਚੰਗਾ ਰਹਿੰਦਾ ਹੁੰਦਾ, ਠੀਕ ਆ। ਅਤੇ ਪਤਲੇ ਚਮੜੀ ਆ ਸੰਤੂ ਸਾਹਿਬ, ਇਹਨੇ ਦੂਜੇ ਸੂਏ 12 ਕਿਲੋ ਦੁੱਧ ਪਾਇਆ, ਗਾੜੀਆਂ ਦੁੱਧ ਚਲੋ ਸਾਂਭਦਾ ਵਾ, ਭਾਵੇਂ ਅਗਲਾ ਕੋਈ 15 ਕਿਲੋ ਚੋਲੇ, ਮੈਂ ਅੱਗੇ 20 ਹੀ ਆਖਿਆ ਦੁੱਧ ਪਾਏਦਾ ਜੀ, ਜਿੰਨਾ ਕੋਈ ਵੰਡਾ ਪਾਊਗਾ ਉਨਾ ਹੀ ਚੋਲੂਗਾ ਸੰਤੂ ਸਾਹਿਬ ਗੱਲ ਦਾ ਵਾ। ਕਿੰਨਾ ਮੁੱਲ ਸੰਦੀਪ ਭਾਈ ਦਾ? ਸੰਤੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ, 85 ਮੰਗਾ ਲਓ, ਜਿੰਨਾ ਮਰਜ਼ੀ ਮੰਗਾ ਲਓ, 75,000 ਚੋਂ ਵੀ ਮਾਨਦਾਨ ਕਰ ਦਾਂਗੇ ਝੋਟੀ ਦਾ ਆਪਾਂ। 75 ਜੋ ਵੀ ਮਾਨਦਾਨ ਕਰ ਦਾਂਗੇ ਵੀਰ ਮੇਰਾ, ਜਿਹੜਾ ਮਰਜ਼ੀ ਸਾਈ ਪਾ ਦੇ, ਜਿੱਦਣ ਝੋਟੀ ਸੂਪੂਗੀ ਉਦਣ ਅਸੀਂ ਲੱਦ ਕੇ ਘੱਲ ਦਾਂਗੇ ਜਿੱਥੇ ਵੇਖਣੀ। ਹਾਂਜੀ, ਥਣਾ ਥੋਣਾ ਦੀ ਪ੍ਰੋਪਰ ਗਰੰਟੀ ਆਪਣੀ। 75,000 ਦੀ ਜਿਹੜੀ ਆ ਦੋਸਤੋ ਫਾਈਨਲੀ ਤੁਹਾਨੂੰ ਜਿਹੜੀ ਇਹ ਮਿਲ ਜੂਗੀ, 75 ਦੀ ਝੋਟੀ ਦੇਵਾਂਗੇ ਜੀ। 75,000 ਦੀ ਜਿਹੜੀ ਤੁਹਾਨੂੰ ਇਹ ਮੱਝ ਮਿਲੂਗੀ। ਬਾਕੀ ਥਾਣ ਚੱਡਾ ਪੂਰਾ ਖਬਰਦਾਰ, ਮੈਂ ਪਹਿਲਾਂ ਵੀ ਕਹਿ ਦਿੱਤਾ ਸੀ ਦੋਸਤੋ, ਕੋਈ ਅਜੇ 5-4 ਦਿਨ ਰਹਿ ਗਏ, ਕੋਈ ਕੰਮ ਨਹੀਂ ਨਜ਼ਰ ਆਊਗਾ ਤੁਹਾਨੂੰ। ਐਨ ਪੱਧਰ ਵੇਖੋ ਜੀ, ਬਖਾਲਾ ਬੈਕ ਸਾਈਡ ਤੋਂ ਪੱਧਰ, ਬਿਲਕੁਲ ਨਿੱਗਰ ਲੇਵਾ ਅੱਜ ਦੇ ਸਮੇਂ, ਠੀਕ ਆ। ਥਾਂ ਤੁਹਾਨੂੰ ਬਿਲਕੁਲ ਗਲਾ ਸਾਰ ਕੇ, ਅਤੇ ਪਤਲਾ ਪਿੰਡਾ 75,000 ਦੇ ਲਾਸਟ ਫਾਈਨਲ ਹੋ ਜੂਗਾ। ਹਾਂਜੀ, ਮੱਝ ਚੰਗੀ ਆ, ਪਸੰਦ ਆਊਗੀ ਇਹ ਝੋਟੀ ਸੰਤ ਸਾਹਿਬ ਨੀਲੀ ਦੀ ਹੋਈ ਜੀ। ਉਦੋਂ ਆਪਾਂ ਵੀਡੀਓ ਪਾਈ ਵੀਰਾਂ ਦੇ, ਸੂਗੀ ਤੇ ਫੇਰ ਖੜਾਂਗੇ। ਕਈ ਵੀਰ ਜਾਣੀ ਕਿ ਸੁਖਦਾ ਵੀ ਸਾਡਾ ਹੁੰਦਾ, ਕਈਆਂ ਵੀਰਾਂ ਦੇ ਉਦੋਂ ਪਾਈ ਸੀ, ਪਰਸੋਂ ਚੌਥ ਪਾਈ ਸੀ, ਤੇ ਇਹ ਮੈਂ ਦੇਣਾ ਸੂਬੂਗੀ 1-2 ਦਿਨ ਤੱਕ, ਪਰ ਅਜੇ ਵੀ ਨਹੀਂ ਸੋਈ ਜੀ। ਅਜੇ ਵੇਖੋ ਕਿੰਨੀ ਜਿਆਦਾ। ਚਲੋ ਕੋਈ ਜਿੰਨੇ ਦਿਨ ਲੈ ਜੇ ਚੰਗੀ ਬਣ ਜੂ। ਹਾਂਜੀ ਸੂਬਾ ਦੂਜਾ ਸੂਬੂਗੀ, ਦੂਜਾ ਜੀ, ਦੂਜਾ ਖਾਸ ਸੂਬਾ ਜਿਹੜਾ ਸੰਦੀਪ ਕਹਿੰਦਾ ਵੀ ਸੂਗੀ, ਠੀਕ ਆ। ਤੇ ਪਿਓਰ ਨੀਲੀ ਰਾਵੀ ਦੀ ਜਿਹੜੀ ਦੋਸਤੋ ਇਹ ਮੱਝ ਆ, ਠੀਕ ਆ ਜੀ। ਸਾਰਾ ਫੇਸ ਵਾਈਟ ਆ, ਮੂੰਹ ਸਾਰਾ ਵਾਈਟ ਆ, ਫੇਸ ਵਾਈਟ ਆ, ਬਾਕੀ ਸਿੰਗੀ ਸੁੰਗੀ ਮੂੰਹ ਮੱਥੇ ਦੀ ਬਣਤਰ ਬਿਲਕੁਲ ਤੁਹਾਡੇ ਸਾਹਮਣੇ, ਥਣ ਦੇ ਵਿੱਚ ਪੂਰੀ ਸਾਫ਼।
ਤੇ ਉਧਰ ਵੀ ਮੈਂਸ਼ਨ ਕੀਤਾ ਸੀ ਆਪਾਂ ਦੋਸਤੋ ਭਾਲ ਥੋੜੀ ਹਾਂਜੀ ਇਹ ਭਾਲ ਕਦੀ ਉਧਰ ਚੱਲ ਜਾਂਦੀ ਕਦੀ ਉਧਰ ਚੱਲ ਜਾਂਦੀ ਹੁਣ ਆਵੇ ਫੋਨ ਫੇਰ ਆਇਆ ਬੰਨਿਆ ਕਿੰਨੀ ਭਾਲ ਆਈ ਠੀਕ ਹੈ ਇਹ ਭਾਲਾਂ ਆ ਬਾਕੀ ਚੱਡਾ ਵੇਖੋ ਉਧਰ ਨੂੰ ਕਿੰਨਾ ਬਣ ਗਿਆ ਅਜੇ ਤੁਹਾਡੀ 5-4 ਦਿਨ ਹੋਰ ਲਾਏ ਨੇ ਖੁੱਲੂਗੀ ਤਾਂ ਬਹੁਤ ਪੂਰੀ ਹਾਂ ਬਹੁਤ ਜ਼ਿਆਦਾ ਬਣ ਗਈ ਤੁਹਾਡੀ ਖੁੱਲੂਗੀ ਕਾਫੀ ਜ਼ਿਆਦੀ ਤੇ ਉਹ ਨੀਲੀ ਆ ਹਵਾਨਾ ਹੋਊ ਨਾ ਇਹਦਾ ਦੋਸਤੋ ਚੰਗਾ ਖੁੱਲਾ ਵੇਖੋ ਠੀਕ ਹੈ ਥੋੜ ਭਾਲਾਂ ਜ਼ਰੂਰ ਹੈਗੀਆਂ ਨੇ ਉਹ ਬਿਲਕੁਲ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਹੀਆਂ ਤੁਹਾਨੂੰ ਦੱਸਣਾ ਵੀ ਫਰਜ਼ ਬਣਦਾ ਬਾਕੀ ਫੇਸਬੁੱਕ ਕੁਆਲਿਟੀ ਵੇਖੋ ਕਾਫੀ ਸੋਹਣਾ ਮੂੰਹ ਮੱਥੇ ਦੀਆਂ ਵੇਖੋ ਸ਼ਕੀਨੀ ਸ਼ਕੂਨੀ ਪੂਰੀ ਆ ਠੀਕ ਆ ਸੰਦੀਪ ਭਾਈ ਘੱਟੋ ਘੱਟ ਹੋਣ ਦਿਨ ਹਫ਼ਤੇ ਤੋਂ ਹਜੇ ਵੀ ਉਮੀਦ ਕਰਦੇ ਲੈ ਜਾਣੇ 5-6 ਦਿਨ ਦੇ ਆਰਾਮ ਨਾਲ ਸੰਤੂ ਸਾਹਿਬ ਲੈ ਜਾਓ ਦੁੱਧ ਵੀ 13-14 ਕਿਲੋ ਚਵਾਓਗੀ 12 ਕਿਲੋ ਤਾਂ ਮੈਕਸੀਮਮ ਦਿਓ ਨਾ ਹਾਂਜੀ ਚਲੋ ਇੰਨੀ ਤਾਂ ਉਮੀਦ ਆਪਾਂ ਕਰ ਸਕਦੇ ਪਸ਼ੂ ਹਾਂਜੀ ਹਾਂਜੀ ਦਊਗੀ ਦਊਗੀ ਕਿਉਂਕਿ ਰਵੇ ਦੇ ਵਿੱਚ ਪਸ਼ੂ ਇੰਨਾ ਤਾਂ ਘੱਟ ਦਿੰਦਾ ਦੁੱਧ ਹਾਂਜੀ ਤੇ ਬਿਲਕੁਲ ਜਿਹੜੀ ਦੋਸਤੋ ਅੱਗੇ ਬੇਰ ਨੀਲੀ ਰਾਵੀ ਦੇ ਖਰੀਦਣ ਦੇ ਚਾਹ ਮਾਣੋ ਤੁਸੀਂ ਉਹਨਾਂ ਲਈ ਖਾਸ ਆ ਦੋਸਤੋ ਇਹ ਮੱਝ ਤੁਸੀਂ ਖਰੀਦ ਸਕਦੇ ਹੋ ਦੂਜਾ ਸੁਬਾ ਝੋਟੀ ਆਪਾਂ ਕਹਿ ਸਕਦੇ ਝੋਟੀ ਵੀਰਾਂ ਦਾ ਵੀ ਸੋਣੀ ਠੀਕ ਆ ਬਾਕੀ ਪੁੜੇ ਪੁੜੇ ਤੋੜੇ ਆ ਹੋ ਸਕਦਾ ਵੀ ਦੋਸਤੋ ਤਿੰਨਾਂ ਚੌਂ ਦਿਨਾਂ ਦੇ ਵਿੱਚ ਸੁਪੇ ਖਾਰਾ ਖੋਰਾ ਬੜਾ ਜ਼ਿਆਦਾ ਜੀ ਵੇਖੋ ਤੁਹਾਨੂੰ ਪੂਰੀ ਕੁਆਲਿਟੀ ਵਾਲਾ ਵੇਖੋ ਮੁੱਲ ਸੰਦੀਪ ਵੀਰੇ ਕਿੰਨਾ ਖਰਚ ਸੰਤੂ ਸਾਹਿਬ ਉੱਧਰ ਵੀ ਆਪਾਂ ਕਿਹਾ 80,000 ਚ ਮਾਨਤਾਨ ਕਰ ਦਾਂਗੇ 75,000 ਦੀ ਲਾਸਟ ਝੋਟੀ ਦੇ ਦਾਂਗੇ 75 ਦੀ ਝੋਟੀ ਦੇ ਦਾਂਗੇ ਠੀਕ ਹੈ ਜੀ ਇਹ ਸੂਈ ਵੇਚਾਂਗੇ ਤਾਂ ਫਿਰ ਤੇ ਆਪਾਂ 80 ਦੀ ਵੇਚਾਂਗੇ ਜੀ ਹਾਂ ਫਿਰ ਤੇ ਚਵਾ ਕੇ ਦਵਾਂਗੇ ਦਲੀਲਾਂ ਹਾਂਜੀ ਠੀਕ ਹੈ ਭਰਾ 75,000 ਦੀ ਜਿਹੜੀ ਆ ਦੋਸਤੋ ਫਾਈਨਲੀ ਹੋ ਜੂਗੀ ਠੀਕ ਆ ਵਿੱਚੋਂ ਕੋਈ ਮਾਨਤਾਨ ਮੌਕੇ ਤੇ ਆ ਉਹ ਹੋ ਜੂਗਾ ਸਾਫ ਸੁਥਰੀ ਬਹੁਤ ਜ਼ਿਆਦੀ ਹੈ ਬਾਕੀ ਸੋ ਕੋਈ ਵੀਰ ਆਪਦੀ ਨਰਕ ਪਰਖ ਆਪਦੀ ਤਸੱਲੀ ਆ ਤੁਸੀਂ ਘਰ ਵਿਜ਼ਿਟ ਕਰਕੇ ਜਿਹੜੀ ਆ ਤਸੱਲੀ ਕਰ ਲਿਓ ਅੱਖੀ ਦੇਖ ਲਿਓ ਮੀਡੀਅਮ ਹਾਈਟ ਦੇ ਵਿੱਚ ਆ ਪਰ ਪੂਰੀ ਗੁੰਦਵੀ ਪਲੀ ਜੁੜੀ ਪੂਰੀ ਪਲੀ ਪੂਰੀ ਆ ਠੀਕ ਆ ਜੀ ਪਲੀ ਜੰਮੀ ਵਾਲੀ ਪੂਰੀ ਆ ਤੇ ਸੰਦੀਪ ਵੀਰੇ ਦਿਓ ਨੰਬਰ ਆਪਣੇ 83-370 ਜੀ 38-39 ਜੀ ਠੀਕ ਆ ਜੀ 83-370-38-39 ਇਹ ਬਾਈ ਸੰਦੀਪ ਸਿੰਘ ਦੇ ਨੰਬਰ ਆ ਠੀਕ ਹੈ ਜੀ ਅਤੇ ਦੋ ਪਸ਼ੂ ਅੱਜ ਆਪਾਂ ਤੁਹਾਨੂੰ ਦਿਖਾਤੇ ਆ ਦੋਸਤੋ ਗੱਬਣ ਬਿਲਕੁਲ ਤਿਆਰ ਪਰ ਤਿਆਰ ਦੇ ਦੋ ਬਿਲਕੁਲ ਝੋਟੀਆਂ ਜਿਹੜੀਆਂ ਦੋਸਤੋ ਤਾਜ਼ੀਆਂ ਸੂਈਆਂ ਨੇ ਦੁੱਧ 'ਤੇ ਆ ਚੰਗਾ ਚੋਖਾ ਜਿਹੜਾ ਦੁੱਧ ਆ ਦੋਸਤੋ 12-12-13-13 ਕਿਲੋ ਦੁੱਧ ਹੁਣ ਮੌਕੇ 'ਤੇ ਹਾਜ਼ਰ ਜਿਹੜਾ ਚੱਲਣ ਦੇ ਅਤੇ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਨਗ ਦਿਖਾਉਣੇ ਸੀਗੇ ਸੋ ਘਰ ਵਿਜਿਟ ਕਰਕੇ ਇਹਦੀ ਤਸੱਲੀ ਕਰ ਲਈ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ